ਅੱਜ ਨਰਸਿੰਗ ਡੇ ਦੇ ਮੌਕੇ ਤੇ ਆਪਾਂ ਕੁਛ ਐਸਾ ਕਰੀਏ ਜਿਹਦੇ ਨਾਲ ਸੁਸਾਇਟੀ ਨੂੰ ਕੋਈ ਫਾਇਦਾ ਹੋਵੇ। ਦੇਖੋ, ਡੇਢ ਸਾਲ ਬਹੁਤ ਅੱਛਾ ਨਿਕਲਿਆ, ਸਾਰਿਆਂ ਨੇ ਇੰਨੀ ਮਿਹਨਤ ਕੀਤੀ, ਪੂਰੀ ਟੀਮ ਨੇ ਇੰਨੀ ਮਿਹਨਤ ਕੀਤੀ, ਅੱਜ ਇਸ ਦਿਨ ਨੂੰ ਮਨਾਈਏ ਅਤੇ ਕੁਛ ਨਵਾਂ ਸ਼ੁਰੂ ਕਰੀਏ। ਉਹ ਅੱਜ ਜੋ ਆਪਾਂ ਨਵਾਂ ਸ਼ੁਰੂ ਕਰਨਾ ਹੈ, ਉਹ ਆਪਾਂ CPR ਨੂੰ ਆਪਣੇ ਨੌਨ ਕਲੀਨਿਕਲ ਸਟਾਫ ਨੂੰ ਸਾਰਿਆਂ ਨੂੰ ਸਿਖਾਉਣਾ ਹੈ, ਤਾਂ ਕਿ ਜੇ ਉਹਨਾਂ ਦੇ ਅੱਗੇ ਕੋਈ ਵੀ ਬੰਦਾ ਬੇਹੋਸ਼ ਹੋ ਜਾਂਦਾ ਤਾਂ ਉਹਦੀ ਮਦਦ ਕਰ ਸਕਣ। CPR ਕੀ ਹੁੰਦਾ? ਜਿਵੇਂ ਤੁਹਾਡੇ ਅੱਗੇ ਕੋਈ ਬੰਦਾ ਬੇਹੋਸ਼ ਹੋ ਗਿਆ, CPR ਕੀ ਹੁੰਦਾ? CPR ਇੱਕ ਤਕਨੀਕ ਹੈ ਜਿਹਦੇ ਨਾਲ ਤੁਸੀਂ ਉਹਦੇ ਹਾਰਟ ਦੀ ਪੰਪਿੰਗ ਕਰਕੇ ਉਹਦੀ ਜਾਨ ਬਚਾ ਸਕਦੇ ਹੋ। ਅਗਰ ਤੁਸੀਂ ਇਹਨੂੰ ਸਿੱਖ ਲੈਂਦੇ ਹੋ ਤਾਂ ਅਫਕੋਰਸ ਤੁਹਾਡੇ ਕੋਲ ਇੱਕ ਹੁਨਰ ਹੈਗਾ ਜਿਹੜਾ ਹਮੇਸ਼ਾ ਤੁਹਾਡੇ ਕਦੀ ਨਾ ਕਦੀ ਜ਼ਿੰਦਗੀ 'ਚ ਕੰਮ ਆਏਗਾ ਹੀ ਹੈ। ਇਹਦੇ ਵਿੱਚ ਕੀ ਹੁੰਦਾ ਕਿ ਜੇ ਆਪਾਂ ਇੱਕ ਜਿਵੇਂ ਹੀ ਪੇਸ਼ੈਂਟ ਦਾ ਅਰੈਸਟ ਹੋਇਆ, ਆਪਾਂ ਸਭ ਤੋਂ ਪਹਿਲਾਂ ਉਹਦਾ ਸਾਹ ਚੈੱਕ ਕਰਦੇ ਹਾਂ। ਸਾਹ ਚੈੱਕ ਕਰਨ 'ਤੇ ਆਪਾਂ ਪਤਾ ਲੈਂਦੇ ਸਾਹ ਨਹੀਂ ਚੱਲ ਰਿਹਾ, ਹੁਣ ਖੂਨ ਦਾ ਦੌਰਾ ਰੁਕ ਜਾਂਦਾ, ਉਸ ਟਾਈਮ 'ਤੇ ਫਟਾਫਟ ਪੰਪਿੰਗ ਸ਼ੁਰੂ ਕਰਨੀ ਹੁੰਦੀ ਹੈ, ਜਿਹੜੀ ਬੜੀ ਸਿੰਪਲ ਹੈ, ਕੋਈ ਵੀ ਲੇਮੈਨ ਕਰ ਸਕਦਾ, ਉਹਦੀ ਕੋਈ ਡਾਕਟਰੀ ਡਿਗਰੀ ਕੋਈ ਕਿਸੇ ਚੀਜ਼ ਦੀ ਮਤਲਬ ਜ਼ਰੂਰਤ ਨਹੀਂ ਹੈਗੀ। ਪਰ ਤੁਹਾਡਾ ਕੌਨਫੀਡੈਂਸ ਮੈਟਰ ਕਰਦਾ, ਤੁਹਾਡੇ ਕਿੰਨੇ ਕੁਇਕ ਹੋ ਤੁਸੀਂ ਉਸ ਟਾਈਮ ਇਹ ਮੈਟਰ ਕਰਦਾ। ਤਾਂ ਉਹਦੇ ਲਈ ਵੀ ਆਪਾਂ ਫਟਾਫਟ ਪਹਿਲਾਂ ਉਹਦੀ ਸਾਹ ਚੈੱਕ ਕੀਤਾ, ਫਿਰ OT ਟੀਮ ਨੂੰ ਪਤਾ ਕਿ ਉਹ ਨੈੱਕ ਐਕਸਟੈਂਸ਼ਨ ਕਰਦੇ ਹੈ ਵੀ ਉਹਦਾ ਏਅਰਵੇ ਕਲੀਅਰ ਹੋ ਜਾਵੇ, ਉਸ ਤੋਂ ਬਾਅਦ ਉਹਦੀ ਕੰਪਰੈਸ਼ਨ ਕਰਦੇ ਹਾਂ, 30 ਵਾਰੀ ਕੰਪਰੈਸ਼ਨ ਔਰ 2 ਵਾਰੀ ਰੈਸਪੀਰੇਸ਼ਨ ਦਿੱਤੀ ਜਾਂਦੀ ਹੈ। ਹੁਣ ਜਿਵੇਂ ਕੋਵਿਡ ਦਾ ਟਾਈਮ ਹੈ, ਚਲੋ ਰੈਸਪੀਰੇਸ਼ਨ ਤਾਂ ਕੁੱਡ ਵੀ ਰਿਸਕੀ, ਪਰ ਜਿਹੜੇ ਕੰਪਰੈਸ਼ਨ ਹੈ ਉਹ ਕੀਤਾ ਜਾ ਸਕਦਾ, ਔਰ ਜੇ ਕੰਪਰੈਸ਼ਨ ਹੋਏ ਠੀਕ ਤਾਂ ਪੇਸ਼ੈਂਟ ਬਚ ਸਕਦਾ। ਇਹਨੂੰ 45 ਮਿੰਟ ਤੱਕ ਕਰਨਾ ਹੁੰਦਾ ਮੈਡੀਕਲੀ, ਔਰ ਅਗਰ ਤੁਸੀਂ ਸਹੀ ਟਾਈਮ ਸ਼ੁਰੂ ਕਰਤਾ ਤਾਂ ਮੈਕਸੀਮਮ ਲੋਕ ਇਹਦੇ 'ਚ ਸਰਵਾਈਵ ਕਰ ਸਕਦੇ। ਔਰ ਫਿਰ ਦੂਸਰੀ ਗੱਲ ਹੈ, ਮੰਨ ਲਓ ਕੋਈ 2 ਵੀ ਬਚ ਗਏ ਤੁਹਾਡੇ ਕਰਕੇ, ਤਾਂ ਇਹ ਬਹੁਤ ਬੜਾ ਪੁੰਨ ਦਾ ਕੰਮ ਹੈ। ਉਹਨਾਂ ਸਾਡੇ OT ਟੈਕਨੀਸ਼ੀਅਨ ਇਹ ਸਮਝਾਉਣਗੇ ਕਿ ਕਿਸ ਤਰ੍ਹਾਂ ਇਹ ਕਰਨਾ, ਹੁਣ ਇਹ ਤੁਹਾਨੂੰ ਲਾਈਵ ਕਰਕੇ ਦਿਖਾਉਣਗੇ। ਪਰ ਇੱਥੋਂ ਨਿਕਲਣ ਤੋਂ ਪਹਿਲਾਂ ਸਾਰੇ ਬੰਦੇ ਜਿੰਨੇ ਹੈਗੇ, ਇਹਨਾਂ ਨੂੰ ਸਭ ਨੂੰ ਆਉਂਦਾ ਹੋਣਾ ਚਾਹੀਦਾ। ਕੋਈ ਇਹ ਨਾ ਕਹੇ ਮੈਨੂੰ ਸਮਝ ਨਹੀਂ ਆਇਆ ਜਾਂ ਮੈਂ ਸਿੱਖਣਾ ਨਹੀਂ ਚਾਹੁੰਦਾ, ਪਲੀਜ਼ ਇਹਨੂੰ ਸਿੱਖੋ। ਇੱਕ ਦਿਨ ਲਾਈਫ 'ਚ ਜਿਸ ਦਿਨ ਤੁਹਾਡੇ ਕੰਮ ਆਇਆ, ਤੁਹਾਨੂੰ ਵੈਲਿਊ ਪਤਾ ਲੱਗ ਜਾਏਗੀ। ਠੀਕ ਹੈ, ਮੰਨ ਲਓ ਕੋਈ ਵੀ ਪੇਸ਼ੈਂਟ ਨੇ ਤੁਹਾਡੇ ਸਾਹਮਣੇ ਸਿੱਖ ਹੋ ਗਿਆ, ਤਾਂ ਪਹਿਲਾਂ ਆਪਾਂ ਉਹਨੂੰ ਲਟਾਉਣਾ ਇੱਕ ਸੇਫ ਜਗ੍ਹਾ 'ਤੇ। ਮੰਨ ਲਓ ਰੋਡ 'ਤੇ ਹੋ ਗਿਆ ਤਾਂ ਪਹਿਲਾਂ ਦੇਖਣਾ ਜੇ ਰੋਡ 'ਤੇ ਗੱਭੇ ਹੈ ਤਾਂ ਉਹਨੂੰ ਸਾਈਡ 'ਤੇ ਲਿਆ ਕੇ ਇੱਕ ਸੇਫ ਜਗ੍ਹਾ 'ਤੇ ਲਟਾ ਲੈਣਾ। ਲਟਾਉਣ ਤੋਂ ਬਾਅਦ ਪਹਿਲਾਂ ਪੇਸ਼ੈਂਟ ਦੀ ਪਲਸ ਚੈੱਕ ਕਰਨੀ ਹੈ, ਜੇ ਤੁਹਾਨੂੰ ਪਲਸ ਮਿਲਦੀ ਹੈ ਠੀਕ ਹੈ, ਨਹੀਂ ਮਿਲਦੀ ਤਾਂ ਪੇਸ਼ੈਂਟ ਦਾ ਰਿਸਪੋਂਸ ਚੈੱਕ ਕਰਨਾ, ਉਹਨਾਂ ਨੂੰ ਹਿਲਾ ਕੇ ਬੁਲਾਉਣਾ, ਹਾਂਜੀ ਠੀਕ ਹੋ, ਕੀ ਨਾਮ ਹੈ ਤੁਹਾਡਾ। ਕੋਈ ਰਿਸਪੋਂਸ ਨਹੀਂ ਮਿਲ ਰਿਹਾ, ਫਿਰ ਤੁਸੀਂ ਨੱਕ ਰਾਹੀਂ ਚੈੱਕ ਕਰਨਾ ਵੀ ਪੇਸ਼ੈਂਟ ਸਾਹ ਲੈ ਰਿਹਾ, ਇੱਥੋਂ ਹਵਾ ਤੁਹਾਨੂੰ ਫੀਲ ਹੋ ਰਹੀ ਹੈ, ਨਹੀਂ ਫੀਲ ਹੋ ਰਹੀ ਤਾਂ ਤੁਸੀਂ ਇਮੀਡੀਏਟਲੀ CPR ਸ਼ੁਰੂ ਕਰ ਦੇਣਾ। CPR ਸ਼ੁਰੂ ਕਰਨ ਦਾ ਤਰੀਕਾ ਕੀ ਹੈ? ਪਹਿਲਾਂ ਤਾਂ ਆਪਣੇ ਹੈਂਡ ਦੀ ਪੁਜੀਸ਼ਨ ਹੈ, ਆਪਣੇ ਹੈਂਡ ਦੀ ਪੁਜੀਸ਼ਨ ਹੁੰਦੀ ਹੈ ਆਹ, ਇਸ ਤਰ੍ਹਾਂ ਕਰਨਾ ਦੋਨੋਂ ਹੱਥ ਨੂੰ। ਉਸ ਤੋਂ ਬਾਅਦ ਜਿਹੜਾ ਤੁਹਾਡਾ ਲੈਵਲ ਹੈ, ਪੇਸ਼ੈਂਟ ਇਸ ਤਰ੍ਹਾਂ ਖੜ੍ਹੇ ਹੋ ਕੇ ਨਹੀਂ ਕਰ ਪਾਓਗੇ, ਤੁਸੀਂ ਜਦੋਂ ਇਸ ਤਰ੍ਹਾਂ ਖੜ੍ਹੇ ਹੋ ਕੇ ਕਰੋਗੇ ਤਾਂ ਤੁਹਾਡੀਆਂ ਬਾਹਾਂ ਸਿੱਧੀਆਂ ਨਹੀਂ ਹੋਣਗੀਆਂ, ਤੁਹਾਡੀਆਂ ਬਾਹਾਂ ਬਿਲਕੁਲ ਸਟ੍ਰੇਟ ਚਾਹੀਦੀਆਂ ਨੇ। ਉਹਦੇ ਵਾਸਤੇ ਕੀ ਹੈ, ਤੁਹਾਨੂੰ ਪੁਜੀਸ਼ਨ ਬਣਾਉਣੀ ਪਊਗੀ ਆਪਣੀ, ਆਹ ਇਸ ਤਰ੍ਹਾਂ ਕਰਕੇ ਪ੍ਰੋਪਰ ਸੈਂਟਰ ਦੇ ਵਿੱਚ ਰੱਖਣਾ ਹੱਥ, ਅਤੇ ਗਿਣ ਕੇ 30 ਵਾਰ ਪੰਪ ਕਰਨਾ, 1, 2, 3, 4, 5, 6, 7 ਇਸ ਤਰ੍ਹਾਂ ਕਰਦੇ ਰਹਿਣਾ। 30 ਵਾਰ ਕਰਨ ਤੋਂ ਬਾਅਦ ਪੇਸ਼ੈਂਟ ਨੂੰ 2 ਵਾਰ ਉਹਦੇ ਮੂੰਹ 'ਚ ਫੂਕ ਮਾਰਨੀ ਹੈ। ਫੂਕ ਮਾਰਨ ਦਾ ਕੀ ਤਰੀਕਾ ਹੈ? ਪਹਿਲਾਂ ਨੱਕ ਬੰਦ ਕਰਨਾ, ਫਿਰ ਉਹਦੀ ਠੋਡੀ ਨੂੰ ਥੱਲੇ ਕਰਕੇ ਉਹਦਾ ਮੂੰਹ ਖੋਲ੍ਹਣਾ, ਖੋਲ੍ਹ ਕੇ ਫਿਰ ਮਾਊਥ ਟੂ ਮਾਊਥ ਉਹਦੇ 2 ਫੂਕਾਂ ਮਾਰਨੀਆਂ ਪੂਰੇ ਜ਼ੋਰ ਨਾਲ। ਉਸ ਤੋਂ ਬਾਅਦ ਛੱਡ ਕੇ ਦੁਬਾਰਾ ਤੁਸੀਂ CPR ਸ਼ੁਰੂ ਕਰ ਦੇਣਾ, ਫਿਰ 30 ਵਾਰ ਕਰਨਾ, ਫਿਰ 2 ਫੂਕਾਂ ਮਾਰਨੀਆਂ, ਇਸ ਤਰ੍ਹਾਂ ਕੰਟੀਨਿਊਲੀ ਕਰਦਾ ਰਹਿਣਾ। ਨਾਲ ਜਿਹੜਾ ਵੀ ਬੰਦਾ ਤੁਹਾਡਾ ਹੈਗਾ ਕੋਈ ਹੈਲਪਮੈਨ, ਉਹਨੂੰ ਕਹਿ ਦੇਣਾ ਕਿ ਐਂਬੂਲੈਂਸ ਨੂੰ ਕਾਲ ਕਰਨੀ। ਜਦ ਤੱਕ ਐਂਬੂਲੈਂਸ ਨਹੀਂ ਆਉਂਦੀ ਉਦ ਤੱਕ ਤੁਸੀਂ ਇਹ ਕਰਦੇ ਰਹਿਣਾ, ਜਿਵੇਂ ਐਂਬੂਲੈਂਸ ਆਉਂਦੀ ਹੈ ਪੇਸ਼ੈਂਟ ਨੂੰ ਇਮੀਡੀਏਟਲੀ ਹੋਸਪਿਟਲ ਸ਼ਿਫਟ ਕਰ ਦੇਣਾ। ਇਸ ਤਰ੍ਹਾਂ